ਹਰਾਨੀ ਹੈ ਕਿ ਤੁਸੀਂ ਇੱਕ ਪਾਸੇ ਕਹਿੰਦੇ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਵੱਲੋਂ ਇੱਕ ਖੱਤ ਸੰਸਾਰ ਦੀਆਂ ਸਿੱਖ ਸੰਗਤਾਂ ਵਾਸਤੇ ਜੋ ਬੁੱਢੇ ਦਲ ਦੇ ਜਹੇਦਾਰ ਬਾਬਾ ਬਲਵੀਰ ਸਿੰਘ ਵਾਸਤੇ ਜਾਰੀ ਕੀਤਾ ਗਿਆ ਹੈ ਉਸ ਨੂੰ ਦਮਦਮੀ ਟਕਸਾਲ ਦੇ ਮੁਖ ਬਲਾਰੇ ਚਰਨਜੀਤ ਸਿੰਘ ਜਸਵਾਲ ਪੜ ਕੇ ਸੁਣਾ ਰਹੇ ਹਨ ਸਤਕਾਰਯੋਗ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਿਛਲੇ ਦਿਨੀ ਬ੍ਰਹਮ ਕਵਚ ਨਾਮ ਦੀ ਰਚਨਾ ਉਤੇ ਦਮਦਮੇ ਟਕਸਾਲ ਦੇ ਸਿੰਘਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇਹ ਰਚਨਾ ਦੇ ਪ੍ਰਮਾਣਿਕ ਸਰੋਤਾਂ ਦੇ ਵਿਚਾਰ ਕਰਨ ਵਾਸਤੇ ਆਖਿਆ ਗਿਆ ਸੀ ਜਦੋਂ ਕੋਈ ਵਿਚਾਰ ਹੁੰਦੀ ਹੈ ਉਹ ਆਮੋ ਸਾਹਮਣੇ ਬੈਠ ਕੇ ਹੀ ਕੀਤੀ ਜਾਂਦੀ ਹੈ ਇਸ ਗੰਭੀਰ ਮਸਲੇ ਤੇ ਜੇਕਰ ਆਪਜੀ ਬਲੋ ਸਿਆਣੇ ਵਿਦਵਾਨਾਂ ਦੀ ਟੀਮ ਤਕਸਾਲ ਦੇ ਸਿੰਘਾਂ ਨਾਲ ਵਿਚਾਰ ਕਰਨ ਵਾਸਤੇ ਭੇਜੀ ਜਾਂਦੀ ਤਾਂ ਸਾਰੀਆਂ ਸ਼ੰਕਾਵਾਂ ਦਾ ਸਮਾਧਾਨ ਹੋ ਜਾਣਾ ਸੀ ਪਰ ਤੁਹਾਡੇ ਬਲੋ ਐਸਾ ਕੋਈ ਵੀ ਯਤਨ ਨਹੀਂ ਕੀਤਾ ਗਿਆ ਬਲਕਿ ਤੁਸੀਂ ਇੱਕ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨਾਮ ਦੇ ਵਿਅਕਤੀ ਨੂੰ ਫੋਨ ਕਰਕੇ ਆਪਣੇ ਬਲੋ ਮਾਨਤਾ ਦੇ ਕੇ ਵਿਚਾਰ ਲਈ ਤਿਆਰ ਕੀਤਾ ਜਿਸ ਦੀ ਸੋਚ ਪੱਦਰ ਬਿਹੱਦ ਘਟਿਆ ਸਾਫਤ ਹੋਇਆ ਕਿਉਂਕਿ ਉਸ ਨੇ ਘਟਿਆ ਕਿਸਮ ਦੀ ਦੂਸ਼ਣਵਾਜੀ ਕਰਕੇ ਇਸ ਮਸਲੇ ਨੂੰ ਉਲਝਾ ਕੇ ਗਲਤ ਰੂਪ ਦੇਣ ਵਿੱਚ ਭੂਮਿਕਾ ਨਿਭਾਈ ਹੈ ਉਸ ਵਿਅਕਤੀ ਬਲੋ ਸਮੁੱਚੇ ਦਮਦਮੀ ਟਕਸਾਲ ਜਥੇਬੰਦੀ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਉੱਤੇ ਕਟਿਆ ਤੋਂ ਕਟਿਆ ਕਿਸਮ ਦੀਆਂ ਪੋਸਟਾਂ ਪਾਈਆਂ ਗਈਆਂ ਫਿਰ ਉਸਨੇ ਸੋਸ਼ਲ ਮੀਡੀਆ ਉੱਤੇ ਲੈਬ ਹੋ ਕੇ ਦਮਦਮੀ ਟਕਸਾਲ ਦੇ ਵਿਦਵਾਨ ਸਿੰਘਾਂ ਦੇ ਪਰਿਵਾਰਾਂ ਉੱਤੇ ਝੂਠੇ ਮਨ ਘੜਤ ਦੋਸ਼ ਲਾਏ ਅਤੇ ਮਾਵਾ ਭੈਣਾਂ ਦੇ ਪਰਿਵਾਰਾਂ ਪ੍ਰਤੀ ਹੱਦ ਦਰਜੇ ਦੀ ਕਟਿਆ ਪੱਧਰ ਦੀਆਂ ਟਿੱਪਣੀਆਂ ਕੀਤੀਆਂ ਪਰ ਆਪ ਜੀ ਨੇ ਇਸ ਸਾਰੇ ਘਟਨਾ ਕ੍ਰਮ ਨੂੰ ਗੰਭੀਰਤਾ ਨਾਲ ਲੈਣ ਦੀ بجائے ਮੈਂ ਜੇ ਕੋਈ ਅਪੀਲ ਜਾਰੀ ਕੀਤੀ ਜਿਸ ਦਾ ਕੋਈ ਅਰਥ ਨਹੀਂ ਨਿਕਲਦਾ ਸੀ ਇਸ ਅਪੀਲ ਵਿੱਚ ਤੁਸੀਂ ਆਪਣੇ ਆਪ ਨੂੰ ਸਾਰੇ ਪੰਥ ਦਾ ਆਗੂ ਸਮਝਦੇ ਆਂ ਦੋਹਾ ਧਿਰਾਂ ਨੂੰ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਸੰਬੋਧਨ ਹੋ ਕੇ ਉਪਦੇਸ਼ ਦੇਣ ਦੀ ਕੋਸ਼ਿਸ਼ ਕਰਦਿਆ ਫਰਜ਼ੀ ਖਾਨਾ ਪੂਰਤੀ ਕੀਤੀ ਇਸ ਤੋਂ ਪਹਿਲਾਂ ਸਤਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜ਼ਹਿਦਾਦ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਲੈਬ ਹੋ ਕੇ ਅਤੇ ਨਿੱਜੀ ਤੌਰ ਤੇ ਫੋਨ ਕਰਕੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਸ ਵਿਅਕਤੀ ਬਾਰੇ ਆਪਣਾ ਪੱਖ ਸਪਸ਼ਟ ਕਰੋ ਅਤੇ ਇਸੇ ਤਰ੍ਹਾਂ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਬਕਾ ਜਰਨਲਿਸਟ ਕਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪ ਜੀ ਨੂੰ ਸਾਰੀ ਸਿੱਤੀ ਤੋਂ ਭਲੀ ਭਾਂਤ ਜਾਣੂ ਕਰਵਾਇਆ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਉਸ ਬਾਰੇ ਕੋਈ ਸਖਤ ਨੋਟਸ ਨਹੀਂ ਲਿਆ ਬਲਕਿ ਤੁਹਾਡੇ ਵੱਲੋਂ ਨਿਯੁਕਤ ਕੀਤਾ ਅਖੋਤੀ ਵਿਦਵਾਨ ਅੱਜ ਤੱਕ ਵੀ ਲੈਬ ਹੋ ਕੇ ਆਪਣੀ ਘਟਿਆ ਸੋਚਦਾ ਮਜਾਰਾ ਕਰਦੇ ਆਂ ਕਟਿਆ ਸ਼ਦাব ਅਲੀ ਦੀ ਵਰਤੋਂ ਕਰ ਰਿਹਾ ਹੈ। ਬਾਬਾ ਜੀ ਹੈਰਾਨੀ ਹੈ ਕਿ ਤੁਸੀਂ ਇੱਕ ਪਾਸੇ ਕਹਿੰਦੇ ਰਹੇ ਕਿ ਮੇਰਾ ਉਸ ਨਾਲ ਕੋਈ ਸਬੰਧ ਨਹੀਂ ਹੈ। ਪਰ ਦੂਜੇ ਪਾਸੇ ਉਸ ਵੱਲੋਂ ਆਪ ਜੀ ਨਾਲ ਪਰਟਾਈ ਜਾ ਰਹੀ ਸਿੰਧੀ ਸਾਂਝ ਆਪ ਜੀ ਬੋਲੋ ਨਕਾਰਿਆ ਵੀ ਨਹੀਂ ਗਿਆ। ਤੁਹਾਨੂੰ ਚਾਹੀਦਾ ਤਾਂ ਸੀ ਕਿ ਤੁਸੀਂ ਜਾਂ ਤਾਂ تسلیم ਕਰਦੇ। ਕਿ ਗੌਰਪ੍ਰੀ ਸਿੰਘ ਕੈਲੀਫੋਰਨੀਆ ਤੁਹਾਡਾ ਨੁਮਾਇੰਦਾ ਹੈ ਜਾਂ ਫਿਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਵੱਲੋਂ ਮਾਮਾ ਧੀਆਂ ਭੈਣਾ ਪ੍ਰਤੀ ਬੋਲੇ ਗਏ ਘਟੀਆ ਪਸ਼ਬਦਾਂ ਦਾ ਸਖਤ ਨੋਟਿਸ ਲੈਂਦੇ ਪਰ ਆਪ ਜੀ ਨੇ ਖੰਡਨ ਕਰਨ ਦੀ ਬਜਾਏ ਇੱਕ ਫਰਜ਼ੀ ਬਿਆਨ ਜਾਰੀ ਕਰਕੇ ਪੱਲਾ ਝਾੜ ਲਿਆ ਮੈਂ ਆਪ ਜੀ ਨੂੰ ਇੱਥੇ ਇਹ ਵੀ ਸ਼ਪਾਹਟ ਕਰਦਾ ਹਾਂ ਕਿ ਦਮਦਵੀ ਟਕਸਾਲ ਦਾ ਤੁਹਾਡੀ ਜਥੇਬੰਦੀ ਨਾਲ ਬਹੁਤ ਪਿਆਰ ਅਤੇ ਬੜੀ ਡੂੰਗੀ ਸਾਂਝ ਵਾਲਾ ਸਬੰਧ ਰਿਹਾ ਹੈ ਤੇ ਆਪ ਜੀ ਦਾ ਵੀ ਹਮੇਸ਼ਾ ਸਤਕਾਰ ਬਣਿਆ ਰਿਹਾ ਹੈ ਆਪ ਜੀ ਨੂੰ ਪਤਾ ਹੈ ਕਿ 2006 ਦੇ ਵਿੱਚ ਜਦੋਂ ਪੰਥ ਵਿਰੋਧੀ ਲੋਕਾਂ ਨੇ ਦਸ਼ਮੇਸ਼ ਪਿਤਾ ਜੀ ਦੀ ਪਾਵਨ ਬਾਣੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਉੱਪਰ ਕੋਝੇ ਹਮਲੇ ਕੀਤੇ ਸਨ ਉਸ ਵਕਤ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਅਤੇ ਨਹੰਗ ਸਿੰਘ ਜਥੇਬੰਦੀਆਂ ਨੇ ਏਕਤਾ ਦਾ ਸਬੂਤ ਦਿੰਦਿਆਂ ਦਸਮ ਬਾਣੀ ਦੇ ਵਿਰੋਧੀਆਂ ਨੂੰ ਨੱਥ ਪਾਈ ਸੀ ਪਰ ਅਫਸੋਸ ਹੈ ਕਿ ਆਪ ਜੀ ਇੱਕ ਵਿਅਕਤੀ ਦੇ ਕਾਰਨ ਅੱਜ ਆਪਣੀ ਸਾਂਝ ਖਤਮ ਕਰਨ ਦੇ ਰਾਹ ਪੈ ਰਹੇ ਹੋ ਦਮਦਮੀ ਟਕਸਾਲ ਹਮੇਸ਼ਾ ਨਹੰਗ ਸਿੰਘ ਜਥੇਬੰਦੀਆਂ ਦਾ ਦਿਲੋਂ ਸਤਿਕਾਰ ਕਰਦੀ ਹੈ ਮੈਂ ਇੱਥੇ ਇਹ ਵੀ ਸ਼ਪਾਟ ਕਰਨਾ ਚਾਹੁੰਦਾ ਹਾਂ ਕਿ ਜਿਸ ਰਚਨਾਵਾਂ ਬਾਰੇ ਆਪ ਜੀ ਸਮਝਦੇ ਹੋ ਕਿ ਇਹ ਦਸਮ ਪਾਤਸ਼ਾਹ ਦੀਆਂ ਹਨ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਹਿੱਸਾ ਹਨ ਉਸ ਬਾਰੇ ਤੁਹਾਨੂੰ ਆਪਣੇ ਵੱਲੋਂ ਵਿਦਵਾਨਾਂ ਰਾਹੀਂ ਟਕਸਾਲ ਦੇ ਸਿੰਘਾਂ ਦੀ ਤਸੱਲੀ ਕਰਵਾਣੀ ਚਾਹੀਦੀ ਸੀ ਪਰ ਆਪ ਜੀ ਨੇ ਐਸਾ ਕੋਈ ਯਤਨ ਨਹੀਂ ਕੀਤਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਪੰਥਕ ਜਥੇਬੰਦੀਆਂ ਨੇ ਹਮੇਸ਼ਾ ਏਕਤਾ ਦਾ ਸਬੂਤ ਦਿੰਦਿਆਂ ਪੰਥ ਦੀ ਸੇਵਾ ਵਿੱਚ ਯੋਗਦਾਨ ਦਿੱਤਾ ਹੈ ਤੇ ਅੱਜ ਵੀ ਦੇ ਰਹੀਆਂ ਹਨ ਜੇਕਰ ਇਸ ਏਕਤਾ ਨੂੰ ਢਾਹ ਲੱਗਦੀ ਹੈ ਤਾਂ ਇਸ ਵੇ ਸਮੁੱਚੇ ਪੰਥ ਦਾ ਨੁਕਸਾਨ ਹੋਣਾ ਹੈ ਅਸੀਂ ਇਸ ਏਕਤਾ ਵਾਸਤੇ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਹੈ ਪਿਛਲੇ ਦਿਨੀ ਨਿੱਜੀ ਤੌਰ ਤੇ ਤੁਹਾਨੂੰ ਫੋਨ ਕਰਕੇ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਅਸਾਂ ਨਾਲ ਤਾਂ ਜੋ ਜਥੇਬੰਦੀਆਂ ਵਿੱਚ ਆਪਸੀ ਸਬੰਧ ਸਖਾਵੇਂ ਰਹਿਣ ਪਰ ਆਪ ਜੀ ਨੇ ਇਹ ਵਿਸ਼ਵਾਸ ਵੀ ਦਵਾਇਆ ਸੀ ਕਿ ਮੈਂ ਉਸ ਵਿਅਕਤੀ ਦੀ ਘਟੀਆ ਬਿਆਨਵਾਜੀ ਦਾ ਖੰਡਨ ਕਰਾਂਗਾ ਤੇ ਉਸ ਨੂੰ ਰੋਕਾਂਗਾ ਪਰ ਪ੍ਰੰਤੂ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਬੋਲੋ ਲਗਾਤਾਰ ਦੰਦਮੀ ਟਕਸਾਲ ਪ੍ਰਤੀ ਅਤੇ ਸਿੰਘਾਂ ਪ੍ਰਤੀ ਬੋਲੇ ਅਪਸ਼ਬਦਾਂ ਦਾ ਤੁਸੀਂ ਕੋਈ ਵੀ ਨੋਟਿਸ ਨਹੀਂ ਲਿਆ ਇਸ ਨਾਲ ਜਥੇਬੰਦੀ ਦੇ ਆਪਸੀ ਸਬੰਧਾਂ ਵਿੱਚ ਕਿੰਨਾ ਵੱਡਾ ਫਰਕ ਪੈ ਸਕਦਾ ਹੈ ਇਸ ਪ੍ਰਤੀ ਆ ਪੂਰੀ ਤਰ੍ਹਾਂ ਅਣਜਾਣ ਲੱਗਦੇ ਹੋ ਦਮਦਮੀ ਟਕਸਾਲ ਨੂੰ ਸਿੱਖ ਪੰਥ ਦੀ ਨੁਮੈਂਦਾ ਜਥੇਬੰਦੀ ਹੋਣ ਦਾ ਮਾਣ ਹੈ ਇਸ ਨੇ ਹਮੇਸ਼ਾ ਗੁਰਬਾਣੀ ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਦੀ ਬੜੀ ਡਿੜਤਾ ਦੇ ਨਾਲ ਪਹਿਰੇਦਾਰੀ ਕੀਤੀ ਹੈ ਤੇ ਇਸ ਵਿੱਚ ਰਦੀ ਪਰ ਵੀ ਜਾਂਚ ਨਹੀਂ ਆਉਣ ਦਿੱਤੀ ਜਾਵੇਗੀ ਗੁਰੂ ਪੰਥ ਦਾ ਦਾਸ ਹਰਨਾਮ ਸਿੰਘ ਖਾਲਸਾ ਮੁਖੀ ਦੰਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਜਾਰੀ ਕਰਤਾ ਮੁਖ ਬਲਾਰਾ ਚਰਨਜੀਤ ਸਿੰਘ ਜਸੋਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ